दोस्तों एक पिंड पंजाब दा चैनल ते अज जिहड़ा प्रोग्राम तुसी देखोगे वह बिल्कुल बाकी प्रोग्रामों तो हट के होएगा। असी अज डिस्कस करने हैं बाबा जी भी नाल आ, मास्टर अब्दुल रहमान दानिश साहब भी नाल आ, मास्टर दिलावर साहब भी नाल आ साडे। एक हुंदे सी कहाणे जिन्हां नूं अखवाण भी आपां कह लैंदे आ। हर कहाणे दे अखवाण दे पिछे एक स्टोरी हुंदी आ। असी बजुर्गां कोल उह अज पुछणी आ भी छोटी जी गल च जिहड़ी बड़ा सारा एक सुनेहा हुंदा सी, उह मुख्तलिफ किस्म दे जिहड़े अखवाण सीगे उह अज असी उन्हां दे पिछे की स्टोरी सी, उन्हां दा मतलब की निकलदा, उह सारियां अज बाबा जी हुणां तों पुछणियां। बाबा जी पहले तो वैलकम करदे आ जी। ਇਹ ਜਿਹੜੀ ਅਖਵਾਣ ਆ ਸਾਡੀ ਨਵੀਂ ਨਸਲ ਨੂੰ ਤਾਂ ਅੱਜ ਤੱਕ ਪਤਾ ਹੀ ਨਹੀਂ ਹੈਗਾ, ਹੁਣ ਬੋਲ ਲਈ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿ ਗਏ ਆ। ਇੱਕ ਅਕਸਰ ਬੋਲਦੇ ਆ ਤਗੜੇ ਦਾ ਸੱਤੀ ਵੀਹ ਸੌ, ਇਹਦਾ ਕੀ ਮਤਲਬ ਆ? ਤਗੜੇ ਸੱਤੀ ਵੀਹ ਸੌ ਆਪ ਹੀ ਜਿਵੇਂ ਭਾਰਾ ਜਵਾਨ ਹੋਵੇ ਮਾੜਾ ਹੋਵੇ, ਜਿਹਦੇ ਨੂੰ ਦੱਬਣਾ ਮਾਰ ਲੈਣਾ, ਦੱਬਣਾ ਮਾਰ ਲੈਣਾ ਉਹਨੇ ਆਪੇ ਸੱਤੀ ਵੀਹ ਸੌ ਆ। ਤਗੜੇ ਦਾ ਮਾੜੇ ਨੂੰ ਕਿਹੜਾ ਪੁੱਛਦਾ ਗਰੀਬ ਨੂੰ, ਇਹਦਾ ਮੌਜੂ ਇਹੀ ਆ। ਉਸ ਤਰ੍ਹਾਂ ਦੇ ਹੁੰਦਾ ਨਾ ਪੰਜ ਵੀਹਾਂ ਦਾ ਸੌ, ਸਿਆਣੇ ਕਹਿੰਦੇ ਸੀ ਪੰਜਾਬੀ ਪੰਜ ਵੀਹਾਂ ਇਹਨੂੰ ਕਹਿੰਦੇ ਹੁੰਦੇ ਸੀ, ਵੀਹਾਂ ਦੇ ਹਿਸਾਬ ਨਾਲ ਅੱਗੇ ਹਿਸਾਬ ਲਾਉਂਦੇ ਸੀ। ਅਤੇ ਤਕੜੇ ਦਾ ਸੱਤੀ ਵੀਹ ਸੌ ਉਹ ਕਹਿੰਦਾ ਸੀਗਾ ਕਿ ਮੈਂ ਪੰਜ ਵੀਹਾਂ ਨਹੀਂ ਮੈਂ ਸੱਤ ਵੀਹਾਂ ਲੈਣਾ, ਜਾਣੀ ਤਕੜਾ ਬੰਦਾ ਆਪਣੀ ਬਾਤ ਮਨਵਾਉਂਦਾ ਵਾ। ਇਹਦੇ ਪਿੱਛੇ ਇਹ ਇੱਕ ਕਹਾਣੀ ਆ ਕਿ ਤਕੜਾ ਬੰਦਾ ਆਪਣੀ ਬਾਤ ਮਨਵਾਉਂਦਾ ਆ, ਉਹ ਜੇ ਸੱਤਾਂ ਵੀਹਾਂ ਦਾ ਕਹੇ ਸੌ ਆ ਤਾਂ ਉਹ ਮੰਨਣੀ ਪੈਂਦੀ ਮਾੜੇ ਨੂੰ, ਇਹ ਇਹਦਾ ਮਤਲਬ ਹੈ। ਅੱਛਾ ਬਾਬਾ ਇੱਕ ਹੋਰ ਆਪਣੇ ਬਹੁਤ ਕਹਾਣਾ ਚੱਲਦਾ ਆ ਪੰਜਾਬੀ, ਕਹਿੰਦੇ ਗੁੰਡੀ ਰਨ ਪ੍ਰਧਾਨ, ਚੋਰ ਚੱਕਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ, ਇਹਦਾ ਕੀ ਮਤਲਬ? ਗੁੰਡੀ ਰਨ ਪ੍ਰਧਾਨ ਆਪੇ ਹੀ ਆ, ਜਿਹਨਾਂ ਦੇ ਘਰ ਦੇ ਨਿਕੰਮੇ ਹੁੰਦੇ ਆ ਨਾ, ਉਹਦਾ ਖਸਮ ਵੀ ਕੌਡੀਆਂ ਖੋਟਾ, ਸੱਸ ਸਹੁਰੇ ਵੀ ਹੈ ਨਹੀਂ। ਅੱਛਾ, ਗੁੰਡੀ ਰਨ ਆਪਣੀ ਮਰਜ਼ੀ ਕਰਦੀ ਆ, ਪ੍ਰਧਾਨ ਚੌਧਰ ਵੀ ਕਰਦੀ ਆ, ਆਪਣੀ ਅਜਾਸ਼ੀਆਂ ਵੀ ਕਰਦੀ ਆ, ਉਹ ਆਪੇ ਗੁੰਡੀ ਰਨ ਪ੍ਰਧਾਨ ਆ। ਮਾਸਟਰ ਜੀ ਤੁਹਾਡਾ ਕੀ ਕਹਿਣਾ? ਅਸਲ 'ਚ ਬਾਤ ਇਸ ਤਰ੍ਹਾਂ ਵਾ ਕਿ ਦੋ ਔਰਤਾਂ, ਇੱਕ ਸ਼ਰੀਫ ਔਰਤ ਸੀ ਅਤੇ ਇੱਕ ਦੂਸਰੀ ਗੁੰਡੀ ਰਨ ਸੀ। ਉਹਨਾਂ ਦੇ ਨਾ ਆਪਸ 'ਚ ਕੋਈ ਲੜਾਈ ਹੋ ਗਈ, ਛੋਟੀ ਮੋਟੀ ਗੱਲੀ ਬਾਤੀ। ਉਹ ਨਾ ਸਾਰੇ ਲੋਕ ਇਕੱਠੇ ਹੋ ਗਏ, ਕਹਿੰਦੇ ਸ਼ਰੀਫ ਔਰਤ ਨੂੰ ਕਹਿੰਦੇ ਕਿ ਤੂੰ ਨਾ ਕਰ, ਇਹ ਤਾਂ ਖਰਾਬ ਔਰਤ ਆ, ਤੂੰ ਇਹਦੇ ਨਾਲ ਕਿਉਂ ਫੱਡਾ ਪਾਇਆ? ਅਤੇ ਉਹ ਬੰਦਾ ਉਹਨਾਂ ਨੂੰ ਸ਼ਰੀਫ ਆਦਮੀ ਸਾਰਿਆਂ ਨੇ ਸਮਝਾਇਆ, ਕਹਿੰਦੀ ਨਹੀਂ ਜਦੋਂ ਇਹਨੇ ਮੇਰੇ ਨਾਲ ਲੜੀ ਮੈਂ ਇਹਨੂੰ ਗੁੰਡੀ ਕਹਿ ਦੇਣਾ। ਅੱਛਾ, ਜਦੋਂ ਲੜਾਈ ਸ਼ੁਰੂ ਹੋਈ ਅਤੇ ਉਹ ਗੁੰਡੀ ਰਨ ਜਿਹੜੀ ਸੀ ਉਹਨੇ ਪਹਿਲੇ ਹੀ ਉਹਨੂੰ ਗੁੰਡੀ ਕਹਿ ਦਿੱਤਾ, ਉਹ ਸ਼ਰੀਫ ਔਰਤ ਨੂੰ। ਜਿਹੜਾ ਉਹਨੇ ਉਹਨੂੰ ਕਹਿਣਾ ਸੀ ਉਹ ਚੁੱਪ ਕਰ ਗਈ, ਕਹਿੰਦੀ ਵੀ ਵਾਕਿਆ ਗੁੰਡੀ ਰਨ ਪ੍ਰਧਾਨ ਹੁੰਦੀ ਹੈ, ਮੈਂ ਚੁੱਪ ਕਰ ਜਾਂਦੀ ਹਾਂ, ਜਿਹੜੀ ਗੱਲ ਮੈਂ ਕਹਿਣੀ ਸੀ ਇਹਨੇ ਪਹਿਲਾਂ ਹੀ ਕਹਿਤੀ, ਲਿਹਾਜ਼ਾ ਮੈਂ ਚੁੱਪ ਕਰ ਜਾਂਦੀ। ਇਸੇ ਤੋਂ ਇਹਦੇ ਪਿੱਛੇ ਇਹ ਕਹਾਣੀ ਆ ਕਿ ਜੋ ਉਹਦਾ ਤੁਸੀਂ ਕੁਛ ਨਹੀਂ ਵਿਗਾੜ ਸਕਦੇ, ਉਹਦੇ ਨਾਲ ਹਮਾਇਤੀ ਜ਼ਿਆਦਾ ਹੁੰਦੇ ਆ। ਠੀਕ ਹੈ। ਅੱਛਾ, ਇੱਕ ਆਪਣੇ ਕਿਹਾ ਜਾਂਦਾ ਵੀ ਰੱਸੀ ਜਲ ਗਈ ਵੱਟ ਨਹੀਂ ਗਏ, ਉਹ ਜਿਹੜੀ ਬੰਦੇ ਜਾਣੇ ਕਹਿੰਦੇ ਪੁਰਾਣੀ ਨੇ ਕੋਈ ਜਨਾਨੀ ਸੀ ਨਾ, ਉਹ ਆਕੜ ਕੇ ਜਿਸ ਵੇਲੇ ਗਿਆ ਰੁੱਸ ਕੇ ਚਲੇ ਗਈ ਤਾਂ ਉਹ ਦਰਿਆ 'ਚ ਉਹਨੇ ਛਾਲ ਮਾਰਤੀ, ਦਰਿਆ ਛਾਲ ਮਾਰਤੀ ਤਾਂ ਉਹ ਜਦੋਂ ਪਾਣੀ ਆਉਂਦਾ ਸੀ ਉੱਧਰ ਨੂੰ ਜਾਵੇ, ਉਹ ਬੰਦਾ ਲੱਭਣ ਉੱਧਰ ਨੂੰ ਜਾਵੇ, ਉਹਨੇ ਕਿਹਾ ਕੀ ਗੱਲ ਆ ਕਿ ਮੇਰੀ ਯਾਰ ਜਨਾਨੀ ਲੜ ਕੇ ਆ ਗਈ ਆ, ਇਹ ਲੜ ਕੇ ਇਹਨੇ ਨਹਿਰ 'ਚ ਛਾਲ ਮਾਰਤੀ। ਉਹ ਕਹਿੰਦਾ ਵੀ ਤੂੰ ਚਾ ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਜਾਂਦਾ, ਪਰ ਉਹ ਤਾਂ ਇੱਧਰ ਨੂੰ ਗਏ। ਉਹ ਕਹਿੰਦਾ ਨਹੀਂ, ਉਹਨੇ ਇੱਧਰ ਜਿੱਧਰੋਂ ਪਾਣੀ ਆਉਂਦਾ ਨਾ ਉਹਨੇ ਪੁੱਠੇ ਪਾਸੇ ਨੂੰ ਜਾਣਾ, ਉਹਨੇ ਵੀ ਇਹ ਨਹੀਂ ਜਾਣਾ। ਅੱਛਾ, ਇੱਕ ਹੋਰ ਬੋਲਿਆ ਜਾਂਦਾ ਵੀ ਚੋਰ ਨਾਲੋਂ ਪੰਡ ਕਾਲੀ, ਚੋਰ ਨਾਲ ਪੰਡ ਕਾਲੀ ਤਾਂ ਆਪੇ ਹੀ ਆ, ਚੋਰ ਚਾਹੇ ਵੀਹ ਸਿਰ ਚੱਕਣ ਜੋਗਾ, ਜਿਸ ਵੇਲੇ ਪਿੱਛੋਂ ਡੰਡੇ ਵਾਲੇ ਦਾ ਡਰ ਹੁੰਦਾ, ਚਾਹੇ ਦੋ ਮਾਰਨੀ ਹੋਵੇ ਗੋਡਾ ਮਾਰ ਕੇ ਲੈ ਜਾਂਦਾ ਚੱਕ ਕੇ ਫੱਟ ਸਿਰ 'ਤੇ, ਉਹ ਗਈ ਚੋਰ ਨਾਲ ਪੰਡ ਆਪੇ ਕਾਲੀ ਆ। ਜਾਂ ਇਹ ਵੀ ਆਪਾਂ ਕਹਿ ਸਕਦੇ ਵੀ ਆਪਾਂ ਕਿਸੇ ਬੰਦੇ ਨੂੰ ਕੋਈ ਉਹ ਸਾਡੇ ਕੋਲ ਸਲਾਹ ਲੈਂਦਾ ਆ ਅਤੇ ਅਸੀਂ ਉਹਨੂੰ ਸਲਾਹ ਦਿੰਦੇ, ਉਹਦਾ ਹਾਲੇ ਇਰਾਦਾ ਬਣਦਾ ਨਹੀਂ ਬਣਦਾ, ਅਸੀਂ ਉਹਨੂੰ ਤਿਆਰੀ ਲਈ ਪੂਰਾ ਢਿੱਲ ਮਾਰ ਦਈਦਾ ਵੀ ਹੋ ਜਾ ਵੀ ਤਿਆਰ, ਵੀ ਜਾਣੀ ਸਾਨੂੰ ਬਹੁਤੀ ਕਾਹਲੀ ਹੋ ਜਾਂਦੀ ਵੀ ਇਹ ਕੰਮ ਕਰ ਲਵੇ ਫਟਾਫਟ। ਇਹ ਅੱਛਾ, ਇੱਕ ਹੋਰ ਬੋਲਦੇ ਜੰਮੇ ਨੂੰ ਮਾਂ ਨਾ ਜਾਣੇ ਨੱਕ ਨਾਨੇ ਅਰਗਾ, ਹਾਂ ਜੰਮੇ ਨੂੰ ਮਾਂ ਨਹੀਂ ਜਾਣਦੀ, ਜੰਮੇ ਨੂੰ ਮਾਂ ਨਾ ਜਾਣੇ ਨੱਕ ਨਾਨੀ ਅਰਗਾ, ਨੱਕ ਨਾਨੀ ਅਰਗਾ ਜੰਮੇ ਨੂੰ ਮਾਂ ਨਹੀਂ ਜਾਣਦੀ ਨੱਕ ਨਾਨੀ ਅਰਗਾ, ਉਹਦਾ ਮਤਲਬ ਇਹ ਆ ਗੱਲ ਪੂਰੀ ਨਹੀਂ ਅਗਲੇ ਨੇ ਕੀਤੀ, ਜੰਮੇ ਨੂੰ ਆਖੇ ਮਾਂ ਨਹੀਂ ਜਾਣਦੀ ਲੋਕਾਂ ਵਿੱਚ ਚੌਧਰੀ, ਮਤਲਬ ਤਾਂ ਹੈਗਾ ਇਹ ਇਹਦਾ, ਉਹ ਨੱਕ ਨਾਨੀ ਦਾ ਤਾਂ ਰਲਦਾ ਹੀ ਨਹੀਂ ਇਹਦੇ ਨਾਲ। ਮਾਸਟਰ ਜੀ ਤੁਹਾਡਾ ਕੀ ਕਹਿਣਾ? ਮੇਰੇ ਖਿਆਲ ਦੇ ਮੁਤਾਬਕ ਤਾਂ ਇਹ ਕਿ ਕਈਆਂ ਨੂੰ ਆਪਣੀ ਉਹਨਾਂ ਦੀ ਪਹਿਚਾਣ ਖੋ ਦਿੰਦੇ ਨੇ ਕਿ ਜੰਮੇ ਨੂੰ ਮਾਂ ਨਹੀਂ ਜਾਣਦੀ ਤਾਂ ਉਹ ਐਵੇਂ ਕਹਿੰਦਾ ਫਿਰਦਾ ਨੱਕ ਨਾਨੀ ਵਰਗਾ ਮੇਰਾ। ਠੀਕ ਹੈ ਨਾ, ਉਹ ਇਹ ਆਮ ਤੌਰ 'ਤੇ ਉਸ ਲਈ ਬੋਲਿਆ ਜਾਂਦਾ ਕਿ ਜਦੋਂ ਕਿਸੇ ਬੰਦੇ ਦਾ ਕਿਸੇ ਖਾਨਦਾਨ ਨਾਲ ਤਲਕ ਨਾ ਹੋਵੇ ਲੇਕਿਨ ਉਹ ਤਲਕ ਐਵੇਂ ਜੋੜੀ ਜਾਵੇ ਆਪਣੇ ਆਪ ਨਾਲ ਤਲਕ ਜੋੜੀ, ਇਸ ਲਈ ਕਹਿੰਦੇ ਜੰਮੇ ਨੂੰ ਮਾਂ ਨਾ ਜਾਣੇ ਨੱਕ ਨਾਨੀ ਵਰਗਾ। ਇਹ ਜਿਹੜੇ ਕਹਾਣੇ ਅਸੀਂ ਬੋਲਦੇ ਹਾਂ, ਅਗਰ ਫਰਜ਼ ਕਰ ਲਓ ਸੁਣਨ ਵਾਲੇ ਸਾਡੇ ਸਮਝਦੇ ਕਿ ਅਸੀਂ
ਉਹਦਾ ਸਹੀ ਤਰਜਮਾਨੀ ਨਹੀਂ ਕਰ ਸਕੇ, ਨਹੀਂ ਸਹੀ ਦੱਸ ਸਕੇ, ਉਹ ਸਾਨੂੰ ਕਮੈਂਟ ਦੇ ਰਾਹੀਂ ਦੱਸਿਓ। ਔਰ ਜੇ ਕੋਈ ਤੁਹਾਨੂੰ ਕਹਾਣੇ ਆਉਂਦੇ ਆ ਤੁਸੀਂ ਉਹ ਕਮੈਂਟ 'ਚ ਜ਼ਰੂਰ ਦੱਸਣੇ, ਅਸੀਂ ਅਗਲਾ ਪ੍ਰੋਗਰਾਮ ਉਹਨਾਂ ਕਹਾਣੀਆਂ 'ਤੇ ਕਰਾਂਗੇ। ਅੱਛਾ ਬਾਬਾ, ਇੱਕ ਹੋਰ ਬੜਾ ਕਿਹਾ ਜਾਂਦਾ, ਮਾਂ ਫੇਰੇ ਫੋਸੀ ਫੋਸੀ ਅਤੇ ਪੁੱਤ ਗੂੜੇ ਬਖਸ਼ਦਾ ਫੇਰੇ। ਉਹੀ ਮਾਂ ਤਾਂ ਫੋਸੀਆਂ ਇਕੱਠੀਆਂ ਕਰ ਕਰਕੇ ਪਾਥੀਆਂ ਪਾਥਦੀ ਆ, ਉਹ ਗਹੂੜਾ ਲਾਉਂਦੀ ਆ, ਪੁੱਤ ਜਾਂਦਾ ਜਾਂਦਾ ਕਿਸੇ ਨੂੰ ਯਾਦ ਸਜ ਨੂੰ ਗਹੂੜਾ ਹੀ ਦੇ ਜਾਂਦਾ। ਅੱਛਾ, ਉਹਦਾ ਇਹ ਆ ਵੀ ਮਾਂ ਫੇਰੇ ਪੋਸੀ ਪੋਸੀ ਧੀ ਗੁਹਾਰੇ ਬਖਸ਼ਦੀ ਆ, ਪੁੱਤ ਨਹੀਂ ਧੀ ਗੁਹਾਰੇ ਬਖਸ਼ਦੀ ਆ। ਔਕਾਤ ਤੋਂ ਵੱਢ ਕੇ ਖਰਚ ਕਰਨਾ, ਔਕਾਤ ਤੋਂ ਵੱਢ ਕੇ ਖਰਚ ਕਰਨਾ, ਯਾਨੀ ਬੰਦੇ ਦੀ ਹੈਸੀਅਤ ਉਹਨੀ ਨਾ ਹੋਵੇ ਤਾਂ ਜਿੰਨਾ ਉਹ ਕਹਿ ਕੇ ਮੈਂ ਖਰਚਾ ਕਰਨਾ ਜਾਂ ਸਦਕਾ ਕਰਨਾ। ਅਸਲ ਫੋਸੀ ਦਾ ਮਤਲਬ ਹੁੰਦਾ ਜਿਹੜੇ ਢੱਗੇ ਤੁਸੀਂ ਕਰਦੇ ਨਾ ਫੋਸ ਪੰਜਾਬੀ ਦੇ ਵਿੱਚ, ਉਹ ਛੋਟੀਆਂ ਫੋਸੀਆਂ ਆ ਅਤੇ ਉਹਦੇ ਤੋਂ ਹੀ ਪਾਥੀ ਬਣਦੀ ਆ, ਠੀਕ ਹੈ। ਉਹਦੇ ਤੋਂ ਪਾਥੀ ਬਣਾ ਕੇ ਅਤੇ ਮਾਂ ਨੇ ਇੱਕ ਗੀਰਾ ਜੋੜਿਆ ਹੁੰਦਾ ਅਤੇ ਉਹ ਬੇਟਾ ਉਹ ਬਖਸ਼ ਦਿੰਦਾ, ਉਹ ਦੂਸਰਿਆਂ ਨੂੰ ਗੀਰੇ ਬਖਸ਼ ਦਿੰਦਾ। ਗੀਰਾ ਕਹਿੰਦੇ ਉਹ ਪਾਥੀਆਂ ਦਾ ਮਜਮੂਆ ਜਿਹੜਾ ਹੁੰਦਾ ਨਾ, ਗੂੜੀ ਕਹਿ ਦਿੰਦੇ, ਗੀਰਾ ਕਹਿ ਦਿੰਦੇ ਆ। ਉਹ ਜਦੋਂ ਬਣ ਜਾਂਦੀ ਆ ਤਾਂ ਪੁੱਤਰ ਉਹ ਲੁਟਾ ਦੇਵੇ, ਬਾਅਦ ਲੋਕ ਸਿਆਣੇ ਉਹਨਾਂ ਦੇ ਜੋੜਦੇ ਰਹਿੰਦੇ ਆ ਅਤੇ ਬੇਟੇ ਉਹਨਾਂ ਦੀ ਦੌਲਤ ਲੁਟਾ ਦਿੰਦੇ ਆ। ਇਹਤੋਂ ਮੁਰਾਦ ਮੇਰੇ ਸਮਝ 'ਤੇ ਇਹੀ ਆਉਂਦਾ, ਯਾਨੀ ਇੱਕ ਬੰਦਾ ਘਰ ਦਾ ਜੀ ਜਿਹੜਾ ਸਰਬੜਾ ਉਹ ਕੰਜੂਸੀ ਕਰਦਾ, ਜੋੜਦਾ, ਪੂਰਿਆ ਪੂਰਿਆ ਕਰਦਾ, ਅਤੇ ਜਿਹੜੇ ਹੁੰਦੇ ਆ ਜੰਮ ਪੈਂਦੇ ਆ ਉਹ ਜਿਹੜੇ ਉਹ ਇੱਕ ਸਾਰ ਹੀ ਮੁਕਾ ਦਿੰਦੇ ਆ, ਯਾਨੀ ਕਿ ਆਪਣੀ ਚਾਦਰ ਤੋਂ ਵੱਧ ਪੈਰ ਖਿਲਾਰਦੇ ਆ। ਹੁੰਦਾ ਉਹ ਉਡਾ ਦਿੰਦਾ, ਉਦੋਂ ਹੀ ਲਫੰਡਰ ਵੀ ਵਿੱਚ ਜੰਮੇ ਹੁੰਦੇ ਆ ਨਾ ਉਸੇ ਮਾਂ। ਅੱਛਾ, ਇੱਕ ਹੋਰ ਬੋਲਦੇ ਆ ਵੀ ਜਾਤ ਦੀ ਕੋੜ ਕਿੱਲੀ ਅਤੇ ਸ਼ਤੀਰੀਆਂ ਜੱਫੇ। ਉਹ ਬਈ ਇੱਕ ਸਤੀਰਾਂ ਜੱਫੇ ਦਾ ਮਤਲਬ ਇੱਕ ਹੈਗੀ ਆ 20 ਰੁਪਈਆਂ ਦੀ ਉਹਦੀ ਪੌਂਜੀ ਆ ਅਤੇ ਗੱਲ ਉਹ ਸੌਂ ਵਾਲੀ ਕਰਦੀ ਫਿਰਦੀ ਆ, ਸਤੀਰਾਂ ਨੂੰ ਆਪੇ ਹੀ ਜੱਫੇ ਆ। ਜਦੋਂ ਕੋਈ ਮਾੜਾ ਕਿਸੇ ਤਕੜੇ ਨਾਲ ਪੰਗਾ ਲੈਂਦਾ ਨਾ ਅਤੇ ਉਹ ਤਕੜੇ ਤੁਹਾਨੂੰ ਪਤਾ ਅੱਜ ਕੱਲ੍ਹ ਉਹਨੂੰ ਰੋਲ ਕੇ ਰੱਖ ਦਿੰਦੇ ਆ, ਇਸ ਲਈ ਕਹਿੰਦੇ ਆ ਕਿ ਜਾਤ ਦੀ ਕੋੜ ਕਿੱਲੀ। ਆਮ ਤੌਰ 'ਤੇ ਅਸੀਂ ਮਾੜਿਆਂ ਨੂੰ ਕੋੜ ਕਿੱਲੀ ਵੱਡਾ ਹੱਡ ਚੱਕ ਲੈਣਾ ਆਪਣੀ ਕਾਤੋਂ, ਹਾਂ ਆਪਣੀ ਇੱਕ ਬਿੱਤ ਤੋਂ ਬਾਹਰਾ ਪੈਰ ਚੁੱਕ ਲੈਣਾ ਅਤੇ ਕਿਸੇ ਵੱਡੇ ਨਾਲ ਮੱਥਾ ਲਾ ਲੈਣਾ ਅਤੇ ਫਿਰ ਉੱਥੇ ਕਿਹਾ ਜਾਂਦਾ ਕਿ ਉਹ ਬਾਅਦ ਦਫ਼ਾ ਅਮੀਰ ਆਦਮੀ ਗਰੀਬ ਆਦਮੀ ਨੂੰ ਇਹ ਕਿਹਾ ਜਾਂਦਾ, ਕਹਿੰਦਾ ਜਾਂਦਾ ਕਿ ਤੇਰੀ ਜ਼ਾਤ ਦੀ ਕੋੜ ਕਿੱਲੀ ਤੂੰ ਅਤੇ ਮੇਰੇ ਨਾਲ ਜੱਫੇ, ਮੈਂ ਅਮੀਰ ਆਦਮੀ ਹਾਂ। ਯਾਨੀ ਇਹ ਮਾੜੇ ਤਕੜੇ ਦਾ ਇੱਕ ਵੰਡ ਕੀਤੀ ਗਈ ਆ, ਜਦੋਂ ਕੋਈ ਮਾੜਾ ਤਕੜੇ ਨਾਲ ਪੰਗਾ ਲੈਂਦਾ ਉਦੋਂ ਇਸ ਤਰ੍ਹਾਂ ਹੋ ਜਾਂਦਾ। ਬਾਬਾ ਇੱਕ ਹੋਰ ਬੋਲਦੇ ਆ, ਅੱਖੋਂ ਦਿਸੇ ਨਾ ਨਾ ਚਿਰਾਗ ਬੀਬੀ। ਆਹੋ ਫਿਰ ਉਹ ਨਾ ਚਿਰਾਗ ਬੀਬੀ ਆਪੇ ਅਗਲੇ ਟਿਚੜ ਬਣਾਈ ਆ ਉਹਦੀ, ਜਿਹਨੂੰ ਦਿੰਦਾ ਹੀ ਨਹੀਂ ਉਹਨੂੰ ਚਿਰਾਗ ਬੀਬੀ ਕਿਹਨੇ ਸੱਦਣਾ, ਹੈਂ ਉਹਦੇ ਤਾਂ ਹੂਟੇ ਕਰਦੇ ਉਹਦੇ ਉੱਤੇ। ਮਾਸਟਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਨਾਲ? ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਮਿਸਾਲ ਇੱਕ ਬੰਦਾ ਆ ਉਹ ਇਸ ਚੀਜ਼ ਦੇ ਅਹਿਲ ਨਹੀਂ ਹੈਗਾ ਅਤੇ ਉਹਨੂੰ ਕਹਿ ਦੇਣਾ ਕਿ ਇਸ ਚੀਜ਼ ਦੇ ਅਹਿਲ ਆ, ਯਾਨੀ ਉਹ ਉਸ ਚੀਜ਼ ਦੇ ਕਾਬਲ ਨਹੀਂ ਹੈਗਾ, ਉਹਨੂੰ ਉਹ ਮੁਕਾਮ ਦੇ ਦੇਣਾ, ਹਾਂ ਉਹਨੂੰ ਅਹੁਦਾ ਦੇ ਦੇਣਾ। ਅੱਛਾ, ਇੱਕ ਹੋਰ ਕਹਾਣਾ ਬੜਾ ਬੋਲਿਆ ਜਾਂਦਾ ਹੈ ਵੀ ਨਾਈਆਂ ਦੇ ਵਿਆਹ ਤਾਂ ਖੁਸਰਾ ਹੱਥ ਜੋੜਦਾ ਫਿਰ ਵੀ ਮੇਰੀ ਪੱਤ ਰੱਖ ਲਓ, ਮੇਰੀ ਪੱਤ ਰੱਖ ਲਓ। ਉਹ ਨਾਈਆਂ ਦੇ ਵਿਆਹ ਖੁਸਰਾ ਹੱਥ ਬੰਨਦਾ ਫਿਰੇ, ਇਹਦੇ ਨਾਲ ਜਨਾਨੇ ਕਹਿੰਦੇ ਵੀ ਉਹ ਘੁਮਾਰਾਂ ਦਾ ਖੁਦ ਕਿਸੇ ਦੀ ਟਕਾ ਮਾਰ ਗਿਆ ਤਾਂ ਰੋਂਦੀ ਘੁਮਿਆਰੀ ਫਿਰੇ, ਘੁਮਿਆਰੀ ਕਿਉਂ ਰੋਂਦੀ ਫਿਰਦੀ ਆਖੇ ਤੂੰ ਰੋਂਦੀ ਆਖੇ ਕੁੱਕੂ ਉਹ ਫਲਾਣੇ ਜੱਟ ਦਾ ਬੋਲਦ ਮਰ ਗਿਆ ਆਖੇ ਕਿ ਉਹ ਆਖੇ ਸਾਡੇ ਕੁੰਡੇ 'ਚ ਖਲ ਖਾਂਦਾ ਹੁੰਦਾ ਸੀ, ਮੈਂ ਇਸ ਗੱਲ ਨੂੰ ਰੋਂਦੀ ਹਾਂ। ਇਹੀ ਗੱਲ ਉਹਦੀ ਆ ਜਿਹੜੀ ਆਤਮ ਕਰਦਾ। ਇਹ ਤਾਂ ਆਮ ਹੀ ਉਹਦੇ ਮਕਸਦ ਇੱਕ ਇਹ ਵੀ ਆ ਕਿ ਆਮ ਤੌਰ 'ਤੇ ਲੋਕ ਕਹਿੰਦੇ ਆ ਕਿ ਮੱਝ ਸੂਵੇ ਅਤੇ ਕੱਟੇ ਨੂੰ ਤਕਲੀਫ ਹੋਵੇ, ਅਤੇ ਉਹ ਮਸਲਾ ਆਇਆ ਹੈ ਕਿ ਕਿਸੇ ਦੀ ਗੱਲ ਨੂੰ ਐਵੇਂ ਉਹਦੀ ਕਿਸੇ ਦੀ ਹੋਵੇ ਅਤੇ ਉਹ ਆਪਣੇ ਸਿਰ ਲਈ ਜਾਣੀ ਐਵੇਂ ਬਿਲਾ ਵਜ੍ਹਾ ਟੈਨਸ਼ਨ ਲੈਣੀ ਹੈ, ਠੀਕ ਹੈ। ਕਿਸੇ ਦੀ ਪੰਡ ਆਪਣੇ ਸਿਰ ਲੈਣੀ, ਕਿਸੇ ਦੀ ਬਲਾ ਆਪਣੇ ਸਿਰ, ਲੋਕਾਂ ਨੂੰ ਲੋਕਾਂ ਦੀ, ਗਗੜੀ ਨੂੰ ਜੋਕਾਂ ਦੀ। ਮਤਲਬ ਇੱਕ ਬੰਦਾ ਆ ਉਹਨੂੰ ਆਪਣੇ ਕੰਮ ਨਾਲ ਗਰਜ਼ ਆ, ਖੁਦ ਗਰਜ਼ ਜਿਹੜਾ ਬੰਦਾ ਨਾ ਉਹਨੂੰ ਕਿਸੇ ਨਾਲ ਕੋਈ ਗਰਜ਼ ਨਹੀਂ ਹੁੰਦੀ, ਅਤੇ ਲੋਕਾਂ ਨੂੰ ਲੋਕਾਂ ਦਾ ਅਹਿਸਾਸ ਹੁੰਦਾ, ਲੇਕਿਨ ਗਗੜੀ ਜਿਹੜੀ ਆ ਉਹਨੂੰ ਆਪਣੇ ਜੋਕਾਂ ਕਿ ਮੇਰੇ ਕੋਲੋਂ ਜੋਕਾਂ ਲਵਾ ਲਓ ਅਤੇ ਮੈਨੂੰ 4 ਪੈਸੇ ਦੇ ਦਿਓ। ਇਸੇ ਤਰ੍ਹਾਂ ਉਹਦੀ ਮਿਸਾਲ ਦਿੱਤੀ ਆ, ਲੇਕਿਨ ਸਾਡੀ ਆਮ ਜ਼ਿੰਦਗੀ ਦੇ ਵਿੱਚ ਵੀ ਐਸੇ ਲੋਕ ਹੈਗੇ ਆ ਕਿ ਜਿਹੜੇ ਦੂਸਰਿਆਂ ਦਾ ਅਹਿਸਾਸ ਨਹੀਂ ਕਰਦੇ, ਆਪਣੇ ਖੁਦ ਗਰਜ਼ ਹੁੰਦੇ ਆ, ਉਹ ਸਿਰਫ ਆਪਣੀ ਉਹਨਾਂ ਨੂੰ ਲਾਲਚ ਹੁੰਦਾ ਕਿ ਮੇਰਾ ਕੰਮ ਬਣ ਜਾਵੇ ਅਤੇ ਦੂਸਰਿਆਂ ਦਾ ਨਾ ਹੋਵੇ। ਇਹਦੇ ਪਿੱਛੇ ਇਹ ਕਹਾਣੀ ਆ ਕਿ ਲਾਲਚੀ ਬੰਦਾ ਇੱਕ, ਉਹਨੂੰ ਕਿਸੇ ਨਾਲ ਕੋਈ ਗਰਜ਼ ਨਹੀਂ ਹੁੰਦੀ, ਉਹਨੇ ਆਪਣਾ ਮਤਲਬ ਸਿੱਧਾ ਕਰਨਾ ਹੁੰਦਾ। ਮਾਸਟਰ ਜੀ ਇੱਕ ਬੜਾ ਕਹਾਣਾ ਬੋਲਿਆ ਜਾਂਦਾ, ਸੱਦੀ ਨਾ ਪੁੱਛੀ ਮੈਂ ਲਾੜੇ ਦੀ ਫੁੱਫੀ, ਜਾਂ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਅਸਲ 'ਚ ਉਸ ਵੇਲੇ ਬੋਲਿਆ ਜਾਂਦਾ ਜਦੋਂ ਕੋਈ ਬੰਦਾ ਕਿਸੇ ਦੇ ਕੰਮ ਦੇ ਵਿੱਚ ਆਪ ਹੀ ਲੱਤ ਫਸਾ ਲਵੇ ਜਾ ਕੇ। ਮਿਸਾਲ ਦੇ ਤੌਰ 'ਤੇ ਕਿਸੇ ਨੇ ਤੁਹਾਨੂੰ ਬੁਲਾਇਆ ਨਹੀਂ ਅਤੇ ਪੁੱਛਿਆ ਨਹੀਂ ਕਿਸੇ ਗੱਲ ਦੇ ਵਿੱਚ, ਲੇਕਿਨ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਉਹ ਚੌਧਰੀ ਬਣਾਇਆ ਜਾਵੇ। ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਇਹ ਸੋਚਿਆ ਜਾਂਦਾ ਕਿ ਯਾਰ ਮੇਰੇ ਕੋਲੋਂ ਉਹ ਫੈਸਲਾ ਕਰਾਇਆ ਜਾਵੇ, ਠੀਕ ਹੈ ਨਾ, ਅਤੇ ਮੇਰੇ ਕੋਲੋਂ ਇਹ ਮੇਰੇ ਥਰੂ ਹੋਣਾ ਚਾਹੀਦਾ।
ਚਿੱਕੜ ਚੌਧਰੀ ਹਾਂਜੀ ਬੂਝ ਬਝੱਕੜ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹ ਚਾਹੁੰਦੇ ਆ ਕਿ ਸਾਰਾ ਪਿੰਡ ਜਿਹੜਾ ਮੇਰੇ ਕੋਲੋਂ ਫੈਸਲਾ ਕਰਾਵੇ ਅਤੇ ਇਹ ਸਿੱਧੀ ਨੇ ਪੁੱਛੀ ਮੈਂ ਲਾੜੇ ਦੀ ਫੁੱਫੀ ਯਾਨੀ ਕਿ ਲਾੜੇ ਦੀ ਫੁੱਫੀ ਬਣਨ ਦੀ ਕੋਸ਼ਿਸ਼ ਕਰਨਾ ਕਿ ਉਹ ਫੈਸਲਾ ਆਪ ਕਰਨ ਦੀ ਕੋਸ਼ਿਸ਼ ਕਰਨਾ ਉਹ ਗੱਲ 'ਚ ਲੱਤ ਫਸਾ ਲੈਣਾ ਤੁਰੀ ਜਾਂਦੀ ਗੱਲ ਦੇ ਵਿੱਚ ਕਿ ਮੈਂ ਜਨਾਬ ਮੇਰਾ ਇਹ ਪਰਿਆ ਦਾ ਫੈਸਲਾ ਮੇਰੇ ਕੋਲ ਹੋਣਾ ਚਾਹੀਦਾ ਵਾ ਘਰਦਿਆਂ ਦੀ ਸਲਾਹ ਨਹੀਂ ਪ੍ਰਾਹੁਣੇ ਦੋ ਦੋ ਹੋ ਕੇ ਬੈਠਣ ਉਹ ਤਾਂ ਆਪੇ ਹੀ ਘਰਦਿਆਂ ਦੀ ਸਲਾਹ ਨਹੀਂ ਪ੍ਰਾਹੁਣੇ ਬਦੋ ਬਦੀ ਆ ਗਏ ਆਉਂਦੇ ਆ ਘਰਦਿਆਂ ਨੂੰ ਪਤਾ ਹੀ ਨਹੀਂ ਵੀ ਪ੍ਰਾਹੁਣੇ ਹੈਗੇ ਕਿ ਨਹੀਂ ਪ੍ਰਾਹੁਣੇ ਆਪ ਹੀ ਕਹਿੰਦੇ ਵੀ ਦੋ ਦੋ ਹੋ ਕੇ ਬਹਿ ਜਾਓ ਬਦੋ ਬਦੀ ਦੇ ਪ੍ਰਾਹੁਣੇ ਗੱਲ ਬਣੀ ਨਹੀਂ ਬਣਨੀ ਨਹੀਂ ਬਣਨੇ ਵਾਲੀ ਨਹੀਂ ਇਹ ਇੱਦਾਂ ਹੀ ਬਣਨੀ ਆ ਕਿਸੇ ਘਰ ਦੇ ਵਿੱਚ ਮਹਿਮਾਨ ਗਏ ਨਾ ਅਤੇ ਉਹਨਾਂ ਦੇ ਘਰ 'ਚ ਇੰਤਜ਼ਾਮ ਥੋੜ੍ਹਾ ਸੀ ਅਤੇ ਖਾਣੇ ਦਾ ਵੀ ਇੰਤਜ਼ਾਮ ਥੋੜ੍ਹਾ ਸੀ ਅਤੇ ਦੂਸਰਾ ਵੀ ਉਹਨਾਂ ਦੀ ਸਲਾਹ ਹੋਈ ਕਿ ਯਾਰ ਇਹ ਪ੍ਰਾਹੁਣੇ ਬਹੁਤ ਜ਼ਿਆਦਾ ਆ ਗਏ ਆ ਅਤੇ ਹੁਣ ਅਸੀਂ ਕੀ ਕਰੀਏ ਅਤੇ ਉਹ ਹਲੇ ਸਲਾਹ ਹੀ ਕਰਦੇ ਆ ਵੀ ਇਹਨਾਂ ਨੂੰ ਨਾ ਕਹੀਏ ਮਾਜ਼ਰਤ ਕਰ ਲਈ ਇਹਨਾਂ ਤੋਂ ਵੀ ਭਾਈ ਤੁਸੀਂ ਜਾਓ ਸਾਡੇ ਇੰਨੀ ਜਗ੍ਹਾ ਨਹੀਂ ਗੁੰਜਾਇਸ਼ ਨਹੀਂ ਅਤੇ ਉਹ ਪ੍ਰਾਹੁਣੇ ਕਹਿੰਦੇ ਉਹ ਇਹ ਦੋ ਦੋ ਜਣੇ ਹੋ ਕੇ ਬਹਿ ਜਾਓ ਇੱਕ ਪੰਜੇ 'ਤੇ ਦੋ ਦੋ ਜਣੇ ਬਹਿ ਜਾਓ ਹੋ ਕੇ ਮਤਲਬ ਇਹ ਭਾਂਡੇ ਥੋੜ੍ਹੇ ਕੋਈ ਨਹੀਂ ਅਸੀਂ ਗੁਜ਼ਾਰਾ ਕਰ ਲਾਂਗੇ ਉਹਨਾਂ ਦਾ ਮਤਲਬ ਇਹ ਆ ਕਿ ਘਰ ਦੇ ਕਹਿੰਦੇ ਆ ਤੁਸੀਂ ਇੱਥੋਂ ਜਾਓ ਲੇਕਿਨ ਪ੍ਰਾਹੁਣੇ ਜਿਹੜੇ ਉਹ ਚਾਹੁੰਦੇ ਆ ਕਿ ਅਸੀਂ ਦੋ ਦੋ ਹੋ ਕੇ ਗੁਜ਼ਾਰਾ ਕਰ ਲਾਂਗੇ ਜਾਣੀ ਜ਼ਬਰਦਸਤੀ ਕਿਸੇ ਦੇ ਘਰ ਰਹਿਣਾ ਇਹ ਇਹਦਾ ਮਤਲਬ ਇਹ ਆ ਇੱਕ ਹੋਰ ਬੋਲਦੇ ਆ ਜੀ ਉਹ ਕਹਿੰਦਾ ਵੀ ਮੈਂ ਤੇਰਾ ਨੱਕ ਵੱਢ ਦੇਣਾ ਉਹ ਕਹਿੰਦੀ ਮੈਨੂੰ ਲੌਂਗ ਕਰਾ ਦੇ ਉਹ ਫਿਰ ਇਹ ਨੱਕ ਵੱਢਣ ਨੂੰ ਅਤੇ ਉਹ ਕਹੇ ਮੈਨੂੰ ਲੌਂਗ ਕਢਾ ਦੇ ਠੀਕ ਆ ਇਹ ਜੋ ਤੁਸੀਂ ਆਪਣੀ ਮਰਜ਼ੀ ਦੂਸਰੇ 'ਤੇ ਠੋਂਸਣਾ ਚਾਹੋ ਠੀਕ ਆ ਅਗਲਾ ਤੁਹਾਡੇ ਤੋਂ ਨਫ਼ਰਤ ਕਰਦਾ ਮੈਂ ਦੇਖਿਆ ਕਈ ਲੋਕ ਇੱਕ ਦੂਸਰੇ ਤੋਂ ਨਫ਼ਰਤ ਕਰਦੇ ਹੁੰਦੇ ਆ ਅਤੇ ਉਹ ਲੋਕ ਬਦੋ ਬਦੀ ਦਾ ਪ੍ਰਾਹੁਣਾ ਬਣ ਜਾਣਾ ਬਦੋ ਬਦੀ ਦਾ ਕਿਸੇ ਨਾਲ ਪਿਆਰ ਨੇੜੇ ਹੋਣ ਦੀ ਕੋਸ਼ਿਸ਼ ਕਰਨੀ ਕਿ ਉਹਨੇ ਕਿਹਾ ਉਹ ਤੇਰਾ ਨੱਕ ਵਢਾਉਣ ਨੂੰ ਫਿਰਦਾ ਇੰਨੀ ਤੇਰੇ ਨਾਲ ਨਫ਼ਰਤ ਆ ਇਹਦਾ ਮਤਲਬ ਕਿ ਦੁਸ਼ਮਣ ਨੂੰ ਅਕਸਰ ਅਸਲ ਬਾਤ ਆ ਦੁਸ਼ਮਣ ਨੂੰ ਪਹਿਚਾਣ ਉਹਦਾ ਜਿੰਨੀ ਦੇਰ ਤੁਸੀਂ ਪਹਿਚਾਣਦੇ ਨਹੀਂ ਉਹ ਤੁਹਾਨੂੰ ਅੰਦਰੋਂ ਨੁਕਸਾਨ ਦੇ ਸਕਦਾ ਸਿਆਣਿਆਂ ਨੇ ਬੜੀਆਂ ਸੱਚੀਆਂ ਅਤੇ ਸੁਚਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੁਸੀਂ ਕਿਸੇ ਆਪਣੇ ਦੋਸਤ ਨੂੰ ਜਾਂ ਦੁਸ਼ਮਣ ਦੀ ਪਹਿਚਾਣ ਨਹੀਂ ਕਰੋਗੇ ਉੰਨੀ ਦੇਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਅਤੇ ਉਹ ਤਾਂ ਤੇਰਾ ਨੱਕ ਨੂੰ ਫਿਰਦਾ ਅਤੇ ਤੁਸੀਂ ਤੁਹਾਨੂੰ ਉਹਨੂੰ ਫਰਮਾਇਸ਼ ਕਰਨ ਡੇ ਹਾਂਜੀ ਇਹ ਇਹਦਾ ਮਕਸਦ ਗਰੀਬ ਦੀ ਜੋਰੋ ਸਭ ਦੀ ਭਾਬੋ ਹਾਂ ਹਾਂ ਗਰੀਬ ਜਨਾਨੀ ਹਰੀ ਚ ਸਭ ਦੀ ਭਾਬੀ ਹੈਂ ਇਹ ਵੀ ਫਿਰ ਗਰੀਬ ਵੀ ਗੱਲ ਬਣੀ ਆ ਗਰੀਬ ਦੀ ਤਕੜੇ ਦੀ ਨੂੰ ਤਕੜੇ ਦੀਆਂ ਸਾਰਿਆਂ ਦੀਆਂ ਫੁੱਫੀਆਂ ਫੁੱਫੀਆਂ ਭੂਆ ਕੋਈ ਕੋਈ ਭੈਣ ਜੀ ਮਾਸੀ ਕੋਈ ਦਾਦੀ ਅਤੇ ਗਰੀਬ ਦੀ ਜਨਾਨੀ ਸਹਾਰ ਦੀ ਭਾਬੀ ਹੈਂ ਗਰੀਬ ਮੋਹਰੋਂ ਕਹਿ ਨਹੀਂ ਨਾ ਸਕਦਾ ਉਹੋ ਜਿਹੀ ਉਹ ਵਿਚਾਰੀ ਹੁੰਦੀ ਆ ਧੱਕੇ ਖਾ ਕੇ ਗਰੀਬ ਨੇ ਵੀ ਟਾਈਮ ਆਪਣਾ ਪੂਰਾ ਕਰ ਜਾਣਾ ਉਹਨਾਂ ਨੇ ਵੀ ਕਰ ਜਾਣਾ ਇਹ ਗੱਲਾਂ ਜਿਹੜੀਆਂ ਪੁਰਾਣੀਆਂ ਸਿਆਣਿਆਂ ਨੇ ਬਣਾਈਆਂ ਹੀ ਆ ਨਾ ਇਹ ਠੀਕ ਹੀ ਆ ਇਹ 'ਚ ਮੁਆਸ਼ਰੇ ਦੀ ਊਂਚ ਨੀਚ ਦੱਸੀ ਆ ਕਿ ਇੱਕ ਬੰਦਾ ਗਰੀਬ ਆ ਉਹਦੀ ਬੀਵੀ ਆ ਜਾਂ ਉਹਦੀ ਜੋਰੂ ਆ ਉਹਨੂੰ ਹਰ ਕੋਈ ਬੁਲਾਉਣ ਦੀ ਕੋਸ਼ਿਸ਼ ਕਰ ਲੈਂਦਾ ਬੇਬਾਕ ਹੋ ਕੇ ਉੱਤੇ ਬੇਬਾਕ ਨਜ਼ਰ ਜਾਏਗੀ ਬੇਬਾਕ ਤੁਹਾਡੇ ਆਵਾਜ਼ੇ ਕੱਸੇ ਜਾਣਗੇ ਬੇਬਾਕ ਹੀ ਤੁਸੀਂ ਉਹਨਾਂ ਬੋਲ ਸਕਦੇ ਹੋ ਲੇਕਿਨ ਤਕੜਾ ਜਿਹੜਾ ਜਾਂਦਾ ਤਕੜੇ ਦੀ ਕੋਈ ਜਾ ਰਹੀ ਆ ਬੀਵੀ ਉਹਨੂੰ ਕਹਿਣਾ ਬਾਜੀ ਉਹਨੂੰ ਅਸੀਂ ਬਾਜੀ ਕਹਿੰਦੇ ਹਾਂ ਅਤੇ ਜਿਹੜਾ ਮਾੜਾ ਆ ਉਹਨੂੰ ਅਸੀਂ ਭਾਬੀ ਕਹਿ ਦਿੰਦੇ ਹਾਂ ਆਮ ਤੌਰ 'ਤੇ ਭਾਬੀ ਦਾ ਲਫ਼ਜ਼ ਜਿਹੜਾ ਨਾ ਉਹ ਕੋਈ ਹੋਰ ਹੀ ਤਰ੍ਹਾਂ ਦਾ ਕਿਹਾ ਜਾਂਦਾ ਮਸਖਰਿਆਂ ਦੇ ਵਿੱਚ ਅਤੇ ਬਾਜੀ ਦਾ ਜਿਹੜਾ ਲਫ਼ਜ਼ ਉਹ ਬੜਾ ਆਨਰੇਬਲ ਇੱਜ਼ਤ ਵਾਲਾ ਲਫ਼ਜ਼ ਆ ਤਕੜੇ ਨੂੰ ਤਾਂ ਅਸੀਂ ਉਹ ਕਹਿ ਦਿੰਦੇ ਮਾੜੇ ਨੂੰ ਮਾੜੇ ਦੀ ਜਨਾਨੀ ਤੋਂ ਭਾਬੀ ਕਿੱਥੇ ਚੱਲੀ ਆ ਉਹਨੂੰ ਭਾਬੀ ਕਹਿਣਾ ਦੂਸਰੇ ਨੂੰ ਬਾਜੀ ਕਹਿਣਾ ਇਹ ਸਾਡੇ ਊਂਚ ਨੀਚ ਦੱਸੀ ਆ ਕਿ ਤਕੜੇ ਨੂੰ ਅਸੀਂ ਸਲਾਮ ਕਰਦੇ ਹਾਂ ਉਹਨੂੰ ਇੱਜ਼ਤ ਨਾਲ ਬੁਲਾਉਂਦੇ ਹਾਂ ਅਤੇ ਮਾੜੇ ਨੂੰ ਨਹੀਂ ਅੱਛੇ ਤਰੀਕੇ ਨਾਲ ਬੁਲਾਉਂਦੇ ਠੀਕ ਹੈ ਇਹ ਹਾਲਾਂਕਿ ਊਂਚ ਨੀਚ ਆ ਮੁਆਸ਼ਰੇ ਦੀ ਹਾਂਜੀ ਕਪਾਹ ਨਾ ਸੂਤ ਜਲਾਹੇ ਨਾ ਲੱਠ ਮਲੱਠਾ ਇਹ ਤਾਂ ਉਹੀ ਗੱਲ ਆ ਵੀ ਤੁਹਾਡੇ ਘਰ ਸੂਤ ਸੂਤ ਨਾ ਪਥਾਣ ਸੂਤ ਨਾ ਪਥਾਣ ਜਲਾਹੇ ਨਾ ਡਾਂਗੋ ਡਾਂਗੇ ਨਾ ਤੇਰੇ ਕੋਲ ਸੂਤ ਆ ਨਾ ਕੋਈ ਸ਼ਾਇ ਨਾ ਲੈਣਾ ਨਾ ਦੇਣਾ ਉਹਦੇ ਤੋਂ ਉਈ ਲੜੀ ਜਾਂਦਾ ਹੈਂ ਘਰ ਦਾਣੇ ਘਰ ਸੇ ਦਾਣੇ ਨਹੀਂ ਹੈਗੇ ਖਰਾਸ 'ਤੇ ਵਾਰਾ ਰੱਖੀ ਫਿਰਦਾ ਹੈਂ ਘਰ ਦਾਣਾ ਕੋਈ ਨਹੀਂ ਖਰਾਸ 'ਤੇ ਲੜਦਾ ਮੇਰੀ ਵਾਰੀ ਆ ਦਾਣੇ ਘਰ ਹੈ ਨਹੀਂ ਹਾਂਜੀ ਜਾਣੀ ਘਰ ਦੇ ਵਿੱਚ ਕੋਈ ਉਹਦੇ ਕੋਲ ਚੀਜ਼ ਨਹੀਂ ਹੈਗੀ ਲੇਕਿਨ ਉਹ ਕਈ ਬੰਦੇ ਜਾਂਦੇ ਆ ਉੱਥੇ ਮੈਂ ਦੇਖਿਆ ਸੇਬ ਰੇਹੜੀਆਂ 'ਤੇ ਭਾਈ ਜੀ ਕਿਸ ਤਰ੍ਹਾਂ ਲਾਏ ਆ ਸੇਬ ਉਹਨੇ ਕਹਿਣਾ ਇਸ ਤਰ੍ਹਾਂ ਬਹੁਤ ਮਹਿੰਗੇ ਲਾਏ ਆ ਚਲੋ ਸਸਤੇ ਦੇ ਦਿੰਦੇ ਨਹੀਂ ਮੈਂ ਫੇਲ ਜਾਵਾਂਗੀ ਬੁੱਢੀਆਂ ਵੀ ਇਸੇ ਕਹਿ ਦਿੰਦੀਆਂ ਕਿ ਘਰ ਦੇ ਵਿੱਚ ਕਈ ਦਫ਼ਾ ਜੇਬ 'ਚ ਪੈਸੇ ਨਹੀਂ ਹੁੰਦੇ ਲੇਕਿਨ ਦੂਸਰਿਆਂ ਨਾਲ ਅਸੀਂ ਰੇਟ ਮੁਕਾ ਲੈਂਦੇ ਹਾਂ ਕਹਿੰਦੇ ਇਹ ਹੈ ਯੇ ਵੋ ਕਈ ਚਸਕਾ ਹਾਂ ਅਤੇ ਘਰ ਦੇ ਵਿੱਚ ਕਈ ਦਫ਼ਾ ਆਪਣੇ ਕਸੂਰ ਨੂੰ ਦੂਸਰਿਆਂ ਸਿਰ ਮੜਦੇ ਹਾਂ ਕਿ ਜਲਾਏ ਤੂੰ ਮੇਰਾ ਖੇਸ ਨਹੀਂ ਮਿਲਦਾ ਜਿਸ ਤਰ੍ਹਾਂ ਨਾਚ ਨਾ ਜਾਣੇ ਆਂਗਨ ਟੇੜਾ
ठीक है, दूसरे नचना आता नहीं तो उन्होंने कहना मैं बहुत सोहना नचना सी, तेरा वेड़ा ही टेढ़ा सी, अज तेरा कहते वेड़ा सीधा होंगे तो मैं नचना बहुत सोहना सी, इदा कहते नाच ना जाने आंगन टेढ़ा। अच्छा पिंडा में बहुत सारिया औरतों ये आदत हैगी भी किसी को कख नहीं लैना तो फेरी वाला कोई खाली भी नहीं जान देना, उन्होंने पुछना डकना की रेट आ की हिसाब आ, वह भी उदा दसते रहेंगे अल्लाह के बंदे, उन्होंने भी कोई चस्का ही होगा वरना पता तो लग ही जाता भी कि बंद ने साढ़े कोई शायद लैनी कि नहीं लैनी। जो जनानियां इदा कर दया ना उन्होंने उत्ते घरद्या का कंट्रोल है नहीं, वो आजाद आ, हर खारी वाले ने गल लैना देना कख नहीं, मुखद दंद चढ़ाई करनी है ठरक झाड़ना, यह जनानियां जीडिया बहुत खसरदा होनी नहीं चाहिए, जी साउ जनानी आखर बंद आ तो दरवाजे ही नहीं खोलती, वो तो देखती नहीं, न्याणे ने भेजती सौदा लैन, तो जिहड़ियां दुइयां हैगियां मेकअप करके जाके अगे खड़ के सिंगा नाल दोस्ती ते पूछण नाल वैर। असल सिंगा नाल दोस्ती दा सिंग पता किस चीज़ की अलामत है, ताकत की, खौफ की, कि इंसान जो सामने ताकत होंगी है ना, जिसे कहते गुस्सा बड़ा अकलमंद हों, जिन्हें अगों डांग मारनी होंगी आ उन्होंने असी भाजी कह दें, दूसरे असी बदतमीजी बोलते हैं, यही आ कि सिंगा नाल दोस्ती मतलब कि सिंग नाल अगर असी वैर कमावे तो साढ़े को उपड़िया नहीं जाना पूरा, असी अपना नुकसान करावे, पूछल नाल वैर के कमजोर होंगी, पूछल ने तुहाडा की नुकसान करना, कोई भी नहीं, असं उन्होंने वड्डन की कोशिश करते हैं, सिंगा नाल प्यार करते हैं, इसलिए कि तकड़े ये भी एक ये भी तकड़े माड़े का ही निकलता वा कि असी जिहड़ा तकड़ा बंदा आ उहदे नाल ते सलाम चौरी साहब ते माड़े बंदे नाल चल चल उन्होंने दबक मार के कढ़ दिंदे आ। अन्या जकाणा राजा इतने जहर बात आ, जिथे कोई चीज ना हो, जित एक होर भी मिलता जुलता है, जिथे रुख नहीं उत्थे रिंड प्रधान, कि जो तो कोई चीज़ ना हो फिर थोड़ी जी चीज़ बहुत ही लगती है, मिसाल के तौर पर सू भुख लगी है तो उदों सू एक छोटा जहा कोई टुकड़ा भी दे दे ना तो असी वो खा के बड़ा शुक्रगुजारी करते हैं कि शुक्र है यार भुख लगी है, इतने रोटी नहीं मिलती, तो जो असी रोटी खाधी हो उदों सू भावें अच्छा खाना भी देवे कहना नहीं ये तो यह नक्सा है नमक ज़्यादा मिर्च ज़्यादा, ये जो बहुत सारी नियमत सू मुजसर होंगी आ हासिल होंगी आ, ठीक है उदों तो असी पसंद नहीं कर, लेकिन जो साढ़े को छोटी सिर्फ उदों शुक्र आ तेरा शुक्र करते हैं, जो साढ़े को हर चीज़ खुस जाती है तो छोटी जी चीज़ रह जाती है फिर असी वह ही शुक्र अदा करते हैं। अन्य काना राज का एक भी हो सकता कि बंदे को बैठे तो उन्होंने सारे बेवकूफ़ जो थोड़ी जी अकल वाला उ राजा बनया हों, मैं टुक भोर अब ज़्यादा हों, अन्य जकाना सरदार ता ही है ना, वो को चार छिलड़ होंगे बाकी वो जो बागों के गालड़ रखे पटवारी उलट पटवारी होंगे है जी, वो जुड़े बागों जिथे कोई ना हो जिथे रुख ना हो रिंड प्रधान का मतलब दस है गल है जनाब, जिथे रुख नहीं उत्थे रिंड प्रधान, उजड़े बागों के गालड़ पटवारी, जिदा कहते ना शेरां दीआं बैठकां गिद्दड़ करन कलोल, तो जो शेर रुखसत हो जाते फिर वह गिद्दड़ आराम नाल रहिंदे आ, जो शेर हुंदे आ तो वह गिद्दड़ जिहड़े उत्थे बसेरा नहीं करते, इस तरह जो बाग बाग ही उजड़ जाते उत्थे गलहरियां आम तौर पर गलहरी जिहड़ी है ना वह पसंद करती है खुश्क किकरां नूं, तुसीं देखिआ एक तोते दी ते गलहरी दी दोस्ती हो गई, और गल तोता कहिंदा तू ना मेरे देश आई तो मैं तैनूं बहुत चीज़ां खिलावांगा, वह गलहरी चल गई उहदे तोते कदी अंगूर लै आवे, गलहरी जिहनूं काटो कहिंदे काटो मतलब गलहरी जिहड़ी हुंदी आ उह काटो कहिंदे आ उहनूं, ठीक है ना, और जी लाइन वाली जो जिसम से होंगे, ठीक है छोटे होंगे कहते थे ये जो पांच रुपये निकलते बड़ी लोगों ने कहते गलहरी नाल बड़ा अच्छा, वो जनाब चल गई तोते ने कहा कि तेनों यह चीज़ा खिलावगा यह चीज़ा खिलावगा, उत्थे सैर करने चल गए, वो बाग च बहुत सारिया चीज़ा खादिया, अच्छा कुछ दिनों तो बाद तोते ने कहा गलहरी नूं कि तू मैनू भी अपना देश दिखा, अच्छा वह कहती ठीक आ जाई फलां दिन डेट मुकर्र हो गई उत्थे चल गए, जदों गई तो एक किकर सुकी गई तो वो कर दी उत्ती चढ़ जाए की कर दी थले आ जाए गलहरी, कहिंदा ओए बाजी मैनू तू कोई खाण लई दे तू तो की कर दी उत्ते चढ़ जानी की थले, कहिंदी तू खाण नू छड्ड मेरियां चढ़नियां उतरनियां देख जानी उन्हें अपना वीराना सी उहदे चों की खादा जा सकदा सी, कहिंदे आ के उजड़े बागां दे गालड़ पटवारी बोझे ना धेला कर दी मेला मेला, आखिर भुख ना पुछदी लाजमा इश्क नहीं पुछदा जात, जिहड़ी भुखे वाली गल कीती ने भुखे मोहरे सुक्की
सुकी टिक्की भी लभ जाए उन्हें बिस्मिल्ला करके शुक्र करके खा लेंगे जो रजिया पुजा उन्हें भी खाने मंगने हैं बोझे ना धेला कर दी मेला मेला आहो मेला मेला बोझे ना ये है कि बंदे दे कोल पैसा नहीं हुंदा ते उन्हें जाके कहना कि मैं बड़ा रईस हूँ मैं अच्छे खाने खाँदा मैं अच्छा खर्चा करदा अच्छी सोसाइटी अटेंड करदा अच्छी जगह पर बैठदा लेकिन जेब वालों खाली हुंदा बड़क ही चंगी मारदा आ चलो ये भी क्वालिटी हर बंदे च नहीं हुंदी मास्टर जी बड़क चंगी मारनी भी हर बंदे दा है असल ये खाबां दी एक बंदा तबीर चांदा वा बोझे ना धेला उहदे कोल धेला इहदा इह मतलब है नहीं कि जिहदे कोल धेला नहीं ते उह अच्छे खाब ना देखे ठीक है ये बनाई तो अखवान ठीक है अपनी जगह लेकिन वो ख्वाब जरूर होंगे आ कि मेला देखना या दूसरिया चीज़ा कि उन्होंने को पैसे ना भी हो फिर भी वो एक ख्वाहिश होंगी कि मेला देखा मैं भी दूसरे लोगों की तरह नवी फकीर नहीं दोपहर तू ये तो उ है ना जे किसी ने कोई नवा नवा कोई काम सीखा हो फटाफट छोटे सैकल लै दो तो उन्हें ना देखनी ना छां देखनी चला ही रहना ठीक है फकीर नहीं कि फकीर नहीं नवे बनती है वह दोपहर में धूं ला के बह जाती है क्योंकि उन्होंने चा हों फकीर नहीं बनने का इस तरह जो थोड़ा कोई नियमत मिलती है थोड़ा एक चा हों टाइम ही नहीं देखते दे। कि यह टाइम मैं है धूं लाने का मतलब है फकीर धूं नहीं ला लेंगे ने तो वह ला के धूं तो वह जाहिर करते हैं कि असी मच लाया या धूं लाया असी फकीर बन गए करनी वाले हो गए वो इस खुशी के फिर आराम नहीं अपना देखते वो ज़्यादा तो ज़्यादा ऐसे कम कमतरी यानी कंपलैक्स का शिकार होकर वो दोपहर में भी धूं ला देंगे कल दी भूतनी सेव्या चाद आहो कल दी भूतनी सेव्या चाद वो मतलब इन्ना है भी वह कई तो ज बड़े चिर साड़े हुए आ ना नहीं लेंदे ये कल दी भूतनी कल शिले में साड़ी वो कोई कहता चड़ेल बन गया कोई कहता भूतनी बन गई थी कोई कहता फलानी आपो अपने मजब होंगे ना कल दी भूतनी सेव्या चाद अद्धे सिर दे मेरे आ अच्छा मूह ना मत्था जिन पहाड़ों लत्था वो आम तौर पर एक मजाइया जहा खवाण आ कि जो तो कोई मतलब बंदा तो तंग कर रहा हों भावें सोहना भी होी जो तो नफरत करना पैने ना ये नफरत के कह दें चल परे मूँह ना मत्था जिन पहाड़ों लत्था भावें खूबसूरत भी होबसूरती साढ़े अंदर होंगी जिनी देर सा प्यार आ बंदा खूबसूरत आ वरना कि जैसी भी शक्ल रखता वा तो असी समझते हैं कि साढ़े ये सोहना नहीं सोहना सानू उदों लगता जो साढ़े नाल सोहना वह किरदार हों की डीलिंग सोहनी होंगी असी जैसा भी बंदा हो आम तौर पर बुरे बंदे नू कह दें जिहदी शक्ल अच्छी ना हो लेकिन मैं सोचा कि असी उदों भी कह दें कि जो साढ़े नाल उहदा रवैया अच्छा ना हो भरा कोई तंग करता भैन तंग करते बच्चे एक दूसरे को तंग हालांकि मैं देखा कि बच्चा बड़ा खूबसूरत हुंदा अगे बच्ची खूबसूरत हुंदी आ उहदा भरा नू कहिंदा चल परे मूँह ना मत्था जिन पहाड़ों लत्था अन्ने हाथ बटेरा ना तेरा ना मेरा ओ पता नहीं इन्हें ने क्यों देना अन्ने हाथ बटेरा ना तेरा ना मेरा अन्ने हाथ बटेरा का मतलब है कोई अन्ना चला गया बाहर तो उत्थे पेशाब करन लगा उहदे हाथ बटेरा लग गया वह अचानक उहदे हाथ थले ना बटेरा आ गया हाँ तो वह ना बंदे पुछदे हो कि लिया जनाब शिकार करके लिया तो उन्हें ना रोटी खाण दिया कहिंदा ओए रोटी खाधी एक बंदा होर आ गया कहिंदा ओए की करन दिया कहिंदा ओए असी कदी गोश्त तो बगैर रोटी नहीं खाधी हालांकि अचानक उहदे हाथ बटेरा लग गया तो उन्हें जनाब वो कहिंदा असी तो कदी गोश्त तो बगैर रोटी नहीं ये उदों हुंदी आ जदों किसी नाहल दे हाथ अचानक दौलत आ जाए या किसी दे कोल हुनर आ जाए या किसी कोल इज्जत आ जाए नाहल बंदे दे कोल इज्जत आ जाए उदों कहिंदे अन्ने हाथ बटेर लगा यार सूरां नूं खजूरां कह दिंदे ते ये हुंदा पिटण वालों खुणों जींदे अच्छा ये उदों बोलिया जांदा कि जदों अब्बा कवे बेटा मंजी चुके इत्थे डाओ तो जब वालदा कवे कि बेटा मंजी चुके डाओ तो वालद कई दफा कह देंदे वो ये पिटन वालों खुणों जींदे आ ये तो मरे आगियाँ ये अज इन्हों पिटन वाले लभ जाण तो मर जा आ जाण तो अज असी मर जाण ये खासकर निकम्मी औलाद के बारे च माँ बाप कहिंदे ने कि पिटन वालों खुणों जींदे आ अज पिटन वाले रोन पिटन वाले यानी कि उसले बोलिया जाता कि जो थोड़ी औलाद जी निकम्मी हो या कोई काम ना करे या थोड़ा दोस्त आप जो माँ प्यो के कहने से ना औलाद हो बराबर मोहरे बोले तो फिर यही मिसला कहते साडा तो शुक्र अल्लाह का साडा तो सब कुछ अल्लाह का ठीक है साडे वर्गा तो असं कहने अल्लाह कोलदा ही रखे हाँ ये जी पंजाबी अखबार जेडे सुने अगर इन्हें कोई कमी पेशी कुताई
होवे तो वह तुम कमेंट में सानू जरूर दसना। अगर तुम होर नवे थोड़े को अखवाण है जिन्हें असी अपने जो सियाने बजुर्ग बैठे आ बाबा फकीरिया साढ़े मास्टर अब्दुरमान दानिश साहब ने मास्टर दिलावर साहब ने एम ए उर्दू की है जी इन्होंने एम ए पंजाबी की मास्टर दिलावर होना ने ते ओ अपना साढ़े नाल होणगे ते ओ अपने एक इलम की रोशनी दे विच जिहड़ा ना ये तुहानू अखवाण दसणगे भी इन्हां दे की मतलब बणदे आ। साढ़े नाल जुड़े रहो जी, रब राखा।